ਨਹੀਂ ਜੀ, ਸਵੇਰ ਦਾ ਨਹੀਂ ਕੀਤਾ ਇਹਨਾਂ ਨੇ, ਰਾਤੀ 12 ਵਜੇ ਜਿਹੜਾ ਨਜ਼ਰਬੰਦ ਉਹ ਕਰ ਦਿੱਤਾ ਸੀਗਾ। ਅਤੇ ਹੁਣ ਵੀ ਜਿਹੜਾ ਸਾਡੇ ਸਾਥੀਆਂ ਨੇ ਇੱਥੇ ਧਰਨਾ ਲਗਾ ਕੇ ਨੈਸ਼ਨਲ ਹਾਈਵੇ 'ਤੇ, ਅਤੇ ਪਹਿਲੀ ਮੰਗ ਇਹੀ ਰੱਖੀ ਸੀ ਕਿ ਜਦੋਂ ਤੱਕ ਪ੍ਰਧਾਨ ਸਾਹਿਬ ਨਹੀਂ ਆਉਂਦੇ ਅਸੀਂ ਜਿਹੜਾ ਜਾਮ ਇਸ ਤਰ੍ਹਾਂ ਲਾਵਾਂਗੇ। ਸੋ ਮੇਰੇ ਸਾਥੀਆਂ ਨੇ ਜਿਹੜਾ ਮੈਨੂੰ ਨਜ਼ਰਬੰਦ ਕੀਤਾ ਸੀ ਇਹਨਾਂ ਨੇ ਰਾਤ ਦੇ 12:30 ਵਜੇ ਦਾ, ਉਹ ਇਹਨਾਂ ਦੀ ਜ਼ੋਰਦਾਰ ਪ੍ਰਦਰਸ਼ਨ 'ਤੇ ਜਿਹੜਾ ਛੱਡਿਆ ਗਿਆ ਆ। ਕੀ ਕਹਿ ਸਕਦੇ ਕਿ ਇੰਨਾ ਹੀ ਕੋਈ ਸਰਕਾਰ ਜਿਹੜੀ ਜੀ ਆਪਣੇ ਨਾਕਾਮੀਆਂ ਤੋਂ ਉਤਰਾਈ ਹੈ? ਦੇਖੋ, ਅਸੀਂ ਤਾਂ ਇੱਕ ਕਿਸਮ ਦੇ, ਤੁਹਾਨੂੰ ਸਾਰਿਆਂ ਨੂੰ ਵੀ ਪਤਾ ਆ ਕਿ ਵਿਸ਼ੇਸ਼ ਵਰਗ ਆ, ਅਸੀਂ ਅੰਗਹੀਣ ਆ, ਪਤਾ ਨਹੀਂ ਅਸੀਂ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਕਿਸ ਤਰ੍ਹਾਂ ਖਾਂਦੇ ਹਾਂ, ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹਾਂ। ਅਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਆ ਕਿ ਇੰਨਾ ਵੱਡਾ ਕਿਹੜਾ ਸਾਡੇ ਕੋਲ ਖਤਰਾ ਹੋ ਗਿਆ। ਇੰਨੀਆਂ ਮੀਟਿੰਗਾਂ ਕਰ ਲਈਆਂ, ਤੁਸੀਂ ਮੀਡੀਆ ਦੇ ਥਰੂ ਕਹੀ ਜਾਂਦੇ ਆ, ਸਾਡੇ ਦਰਵਾਜ਼ੇ ਖੁੱਲ੍ਹੇ ਆ, ਅਤੇ ਅਸੀਂ ਤਾਂ 1 ਸਾਲ ਹੋ ਗਿਆ ਤੁਹਾਨੂੰ ਕਹੀ ਜਾਂਦੇ ਹਾਂ, ਭਾਈ ਸਾਨੂੰ ਮੀਟਿੰਗ ਦਿਓ, ਸਾਨੂੰ ਮੀਟਿੰਗ ਦਿਓ, ਸਾਨੂੰ ਤੁਸੀਂ ਮੀਟਿੰਗ ਦਿਵਿਆਂਗਾਂ ਤੋਂ ਕਹਿੰਦਾ ਤੁਹਾਨੂੰ ਖਤਰਾ ਹੋ ਗਿਆ। ਅਤੇ ਇਸ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਆ ਕਿ ਨਜ਼ਰਬੰਦ ਕਰਕੇ ਜਿਹੜੀ ਦਿਵਿਆਂਗਾਂ ਦੀ ਹੱਕੀ ਆਵਾਜ਼ ਆ ਉਹਨੂੰ ਜਿਹੜਾ ਇਹ ਬੰਦ ਨਹੀਂ ਕੀਤਾ ਜਾ ਸਕਦਾ, ਸਗੋਂ ਇਹ ਹੋਰ ਬੁਲੰਦ ਹੋਣੀ ਆ। ਹੁਣ ਮੌਸਮ ਆ ਗਿਆ ਵਧੀਆ, ਹੁਣ ਦੇਖ ਲਿਓ ਭਾਵੇਂ ਠੰਡ ਜਿੰਨੀ ਮਰਜ਼ੀ ਆਵੇ, ਜੇ ਹੋਰ ਸਾਥੀ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਆ। ਅਤੇ ਹੁਣੇ ਹੁਣੇ ਸਾਨੂੰ ਫੋਨ ਆਇਆ ਸੀਗਾ SSP ਦਿਹਾਤੀ ਅੰਮ੍ਰਿਤਸਰ ਦਾ ਕਿ ਅਸੀਂ ਤੁਹਾਡੀ ਕੱਲ੍ਹ ਨੂੰ ਜਿਹੜੀ ਮੀਟਿੰਗ ਆ ਕਰਵਾ ਦਿੰਦੇ ਹਾਂ। ਚਲੋ ਕੋਈ ਗੱਲ ਨਹੀਂ, ਅਸੀਂ ਮੀਟਿੰਗ ਵੀ ਦੇਖ ਲਾਂਗੇ, ਪਰ ਜਿਹੜਾ ਇੱਥੇ ਦਾ ਮੋਰਚਾ ਆ ਉਹਨੂੰ ਆਪਾਂ ਸਾਰੇ ਬੈਠ ਕੇ ਪ੍ਰਸ਼ਾਸਨ ਨਾਲ ਸਲਾਹ ਕਰਕੇ ਫਿਰ ਇਹ ਛੱਡਾਂਗੇ। ਅਦਰਵਾਈਜ਼ ਕੋਈ ਇੱਥੋਂ ਦਾ ਕੋਈ ਵੀ ਨਹੀਂ ਸਾਥੀ ਹੈਗਾ ਜਿਹੜਾ ਕਹਿੰਦਾ ਮੈਂ ਘਰ ਜਾਣਾ ਆ, ਕੋਈ ਨਹੀਂ ਕਹਿੰਦਾ। ਉਹ ਕਹਿੰਦੇ ਆ ਅਸੀਂ ਵਿਸ਼ਵ ਅੰਗਹੀਣ ਦਿਵਸ 3 ਦਸੰਬਰ ਆ ਰਿਹਾ ਆ, ਉਹਦੇ ਲਈ ਅਸੀਂ ਆਪਣੇ ਘਰਦਿਆਂ ਨੂੰ ਦੱਸਣਾ ਅਸੀਂ ਆਹ ਆਪਣੀ ਮੰਗ ਮਨਵਾ ਕੇ ਆਏ ਹਾਂ, ਜਾਂ ਅਸੀਂ ਆਹ ਆਪਣੀਆਂ ਕੁਰਬਾਨੀਆਂ ਦੇ ਆਏ ਹਾਂ, ਢੀਠ ਸਰਕਾਰ ਮੰਨੇ ਚਾਹੇ ਨਾ ਮੰਨੇ। ਹੁਣ ਕਿੰਨੇ ਪ੍ਰਧਾਨ ਨਜ਼ਰਬੰਦ ਨੇ? ਹੁਣ ਸਾਡੇ ਇਸਤਰੀ ਵਿੰਗ ਦੇ ਪ੍ਰਧਾਨ ਜੋ ਦਵਿੰਦਰ ਕੌਰ ਜੀ ਫਗਵਾੜਾ, ਉਹ ਵੀ ਨਜ਼ਰਬੰਦ ਨੇ। ਅੰਮ੍ਰਿਤਸਰ ਦੇ ਪ੍ਰਧਾਨ ਸੋਨੂੰ ਜੋਲ ਜੀ, ਔਰ ਕੁਝ ਸਾਡੇ ਸਟੇਟ ਕਮੇਟੀ ਮੈਂਬਰ ਲਖਵੀਰ ਚੱਕ ਸਿਕੰਦਰੀ ਤਰਨ ਤਰਨ, ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਜਸਵਿੰਦਰ ਕੁਮਾਰ ਜੀ, ਉਹ ਵੀ ਅਜੇ ਫਿਲਹਾਲ ਦੀ ਘੜੀ ਨਜ਼ਰਬੰਦ ਆ, ਉਹਨਾਂ ਨੂੰ ਅਜੇ ਛੱਡਿਆ ਨਹੀਂ ਗਿਆ। ਸੋ ਅਸੀਂ ਜਦੋਂ ਤੱਕ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਅਸੀਂ ਅਗਲੀ ਗੱਲਬਾਤ ਫਿਰ ਇਹ ਕਰਾਂਗੇ, ਅਸੀਂ ਉਹਨਾਂ ਨੂੰ ਪਹਿਲਾਂ ਨਜ਼ਰਬੰਦ ਤੋਂ ਆਪਾਂ ਯਾਦ ਕਰਵਾਵਾਂਗੇ। ਧਰਨਾ ਬਰਕਰਾਰ ਰਹੇਗਾ? ਧਰਨਾ ਬਿਲਕੁਲ ਬਰਕਰਾਰ ਰਹੇਗਾ ਜੀ, ਹੁਣ ਤਾਂ ਸਿਰਫ ਅਸੀਂ ਥੋੜ੍ਹੇ ਸਮੇਂ ਵਾਸਤੇ ਗੱਲਬਾਤ ਕਰਨੀ ਆ, ਜੇਕਰ ਗੱਲਬਾਤ ਕਿਸੇ ਸਿੱਟੇ 'ਤੇ ਨਹੀਂ ਨਿਕਲਦੀ ਤਾਂ ਚਿਹਰਾ ਧਰਨਾ ਇਸੇ ਤਰ੍ਹਾਂ ਇਹ ਬਰਕਰਾਰ ਰਹੂਗਾ। ਫਿਲਹਾਲ ਅਜੇ ਸੋਚਦੇ ਹਾਂ 1 ਸਾਈਡ ਕਰਨੀ ਹੈ ਕਿ 2 ਸਾਈਡਾਂ ਕਰਨੀਆਂ। ਸੋ ਅਜੇ ਕਿਉਂਕਿ ਅਸੀਂ ਹਮੇਸ਼ਾ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਕੰਮ ਕਰਦੇ ਹਾਂ ਔਰ ਗੱਲਬਾਤ ਕਰਾਂਗੇ, ਗੱਲਬਾਤ ਤੋਂ ਬਾਅਦ ਅਗਰ ਗੱਲਬਾਤ ਸਿੱਟੇ 'ਤੇ ਨਹੀਂ ਪਹੁੰਚਦੀ ਤਾਂ ਫਿਰ ਜਿਹੜਾ ਅਸੀਂ ਪ੍ਰਦਰਸ਼ਨ ਹੈ ਉਹ ਆਪਣਾ ਜਾਰੀ ਰੱਖਾਂਗੇ। ਇਹ ਜੀ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਪੰਜਾਬ ਪੱਧਰ 'ਤੇ ਹੀ ਸਾਰੇ ਜ਼ਿਲ੍ਹਿਆਂ ਤੋਂ ਦਿਵਿਆਂਗ ਜਿਹੜੇ ਹੈਗੇ ਨੇ ਵੀਰ, ਉਹਨਾਂ ਨੂੰ ਬੁਲਾ ਕੇ ਇੱਥੇ ਧਰਨਾ ਦਿੱਤਾ ਸੀ ਆਪਣੀਆਂ ਮੰਗਾਂ ਦੇ ਸੰਬੰਧ ਦੇ ਵਿੱਚ। ਔਰ ਇਸ ਵੇਲੇ ਇਹਨਾਂ ਨੂੰ ਅਸੀਂ ਦੋਵੇਂ ਰੋਡਸ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਪਾਸੇ ਜਿਹੜੀ ਹੈ ਟ੍ਰੈਫਿਕ ਜਿਹੜੀ ਹੈ ਇਹ ਚੱਲ ਰਹੀ ਹੈ ਸਮੂਥਲੀ, ਔਰ ਇਹਨਾਂ ਨੂੰ ਵਿਚਾਲੇ ਸੇਫਲੀ ਰੋਡ ਦੇ ਵਿਚਕਾਰ ਜਿਹੜਾ ਸ਼ਿਫਟ ਕੀਤਾ ਹੈ। ਔਰ ਇਹ ਮੰਗ ਕਰਦੇ ਨੇ ਕਿ ਇਹਨਾਂ ਦੀ CM ਸਾਹਿਬ ਨਾਲ ਮੀਟਿੰਗ ਕਰਵਾਈ ਜਾਏ, ਇਹ ਜਿਹੜੀ ਇਹਨਾਂ ਦੀ ਡਿਮਾਂਡ ਹੈ ਉਹ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਗਈ ਹੈ। ਔਰ ਇਸ ਵੇਲੇ ਹਾਲਾਤ ਬਿਲਕੁਲ ਕੰਟਰੋਲ ਦੇ ਵਿੱਚ ਨੇ, ਦੋਵੇਂ ਪਾਸੇ ਟ੍ਰੈਫਿਕ ਜਿਹੜੀ ਹੈ ਨੋਰਮਲ ਚੱਲ ਰਹੀ ਹੈ। ਹਾਂਜੀ, ਇਹ ਇਹਨਾਂ ਦਾ ਕਹਿਣਾ ਇਹ ਹੈ ਕਿ ਚਲੋ ਕੱਲ੍ਹ CM ਸਾਹਿਬ ਦੇ ਨਾਲ ਮੀਟਿੰਗ ਇਹਨਾਂ ਦੀ ਹੋਏਗੀ, ਉਸ ਤੋਂ ਬਾਅਦ ਇਹ ਆਪਣਾ ਧਰਨਾ ਜਿਹੜਾ ਇੱਥੋਂ ਚੁੱਕਣਗੇ। ਹਾਂਜੀ, ਧਰਨਾ ਨਹੀਂ ਹੈ, ਮਤਲਬ ਕਿ ਇਹ ਸਟੈਂਡ ਬਾਈ ਮੋਡ 'ਤੇ ਨੇ ਇਸ ਵੇਲੇ, ਕਿ ਰੋਡਸ ਦੋਵੇਂ ਕਲੀਅਰ ਨੇ ਔਰ ਰੋਡ ਦੇ ਵਿੱਚ ਜਿਹੜਾ ਸਾਡਾ ਕਾਫੀ ਵੱਡਾ ਡਿਵਾਈਡਰ ਹੈ ਉਹਦੇ ਉੱਤੇ ਸੇਫ ਇਹਨਾਂ ਨੂੰ ਵਿਚਾਲੇ ਅਸੀਂ